को ना असी खरीदने और ना ये खरीदने ये योग ये फंडर गाया है। कौन खरीदेगा फंडरानू? फंडरे डंगरानू कौन लेंदा है? फंडर डंगरानू कोई नहीं लेंदा, कोई ना जे काबिल इंसान नहीं है जिन्हानू ये तो 5000 से नहीं लेना है। कोई बीजेपी की कदे सोच नहीं हुई भी असी किसी नू खरीदिए। असी प्रजातंत्र दे विच विश्वास रखते हैं और असी गोवा देखो कह नू कुछ भी कहो देश दे विच 258 विधायक बीजेपी ने कहते खरीद लिया। ये पैसे कौन गिन के देखे? असी देखे केजरीवाल पैसे देखे कायदे जड़ा खजाना मंत्री ने कोई पैसे गिने? एवं झूठ मारना की लोगों ने इन्हों झूठ फड़ लिया है और लोगों को जान बचाते हुए ये लोगों का ध्यान भटकाना चाहते हैं। बीजेपी ने बजट भी बना लिया, इन्हों सुपने की बजट बनता है, सुपने की नोट गिणते हैं, सुपने से डरते हैं। इन्हों ओपोजिशन तो कोई खतरा नहीं है। इस बार लोगों ने 92 बंदे दिते इन्हों सामने, जे 22-23 बंदे हो ना एक पार्टी के मौसम लिया सकते, असं तो लिया ही नहीं सकते। और भारतीय जनता पार्टी के 2 MLA ने असं तो सरकार की गल ही नहीं करते। असं तो 27 सरकार बनावे, लोगों के वोटों बनावे, लोगों के प्यार सहयोग बना। 27 सितंबर दोबारा फिर सैशन बुला लिया, कोई नहीं रोकता। प्रोसीजर अडोप्ट करके मंजूरी ले ਭਾਵੇਂ ਸੈਸ਼ਨ ਚਲਾਨ ਕੋਈ ਨਹੀਂ ਰੋਕਦਾ। ਤੁਹਾਡੇ ਬੀਜੇਪੀ ਦੇ ਲੀਡਰ ਕਹਿ ਰਹੇ ਨੇ ਕਿ ਸਰਕਾਰ ਨਹੀਂ ਕਾਰਟੂਨ ਨੈਟਵਰਕ ਹੈ, ਤੁਸੀਂ ਵੀ ਮੰਨਦੇ ਹੋ? ਹੈ ਯੋਰ ਕੀ ਹੈ ਜੀ, ਮੈਂ ਨਹੀਂ, ਲੋਕ ਮੰਨਦੇ ਨੇ, ਪੰਜਾਬ ਦੇ ਲੋਕ ਮੰਨਦੇ ਨੇ ਵੀ ਇਹ ਕਲਾਕਾਰ ਨਾਟਕਕਾਰ ਹੈ ਔਰ ਇਹਨਾਂ ਨੇ ਕਿਸੇ ਦਾ ਕੁਝ ਸਵਾਰਿਆ ਨਹੀਂ ਤੇ ਨਾ ਸਵਾਰਨਾ ਹੈ। ਲੋਕਾਂ ਨੂੰ ਸਮਝ ਆ ਗਈ, ਦੇਖੋ ਨਾ ਅਸੀਂ ਖਰੀਦਣੇ ਔਰ ਨਾ ਇਹ ਖਰੀਦਣੇ ਯੋਗ, ਇਹ ਫੰਡਰ ਗਾਇਆ ਹੈ। ਕੌਣ ਖਰੀਦੇਗਾ ਫੰਡਰਾਂ ਨੂੰ? ਫੰਡਰੇ ਡੰਗਰਾਂ ਨੂੰ ਕੌਣ ਲੈਂਦਾ? ਫੰਡਰੇ ਡੰਗਰਾਂ ਨੂੰ ਕੋਈ ਨਹੀਂ ਲੈਂਦਾ, ਕੋਈ ਨਾ ਤੇ ਕਾਬਿਲ ਇਨਸਾਨ ਨਹੀਂ ਹੈ ਜਿਨ੍ਹਾਂ ਨੂੰ ਇਹ ਤਾਂ 5000 ਚ ਨਹੀਂ ਲੈਣ ਵਾਲੇ। ਕੋਈ ਬੀਜੇਪੀ ਦੀ ਕਦੇ ਸੋਚ ਨਹੀਂ ਹੋਈ ਵੀ ਅਸੀਂ ਕਿਸੇ ਨੂੰ ਖਰੀਦੀਏ। ਅਸੀਂ ਪ੍ਰਜਾਤੰਤਰ ਦੇ ਵਿੱਚ ਵਿਸ਼ਵਾਸ ਰੱਖਦੇ ਹਾਂ ਔਰ ਅਸੀਂ ਗੋਵਾ ਦੇਖੋ ਕਹਿਣ ਨੂੰ ਕੁਛ ਵੀ ਕਹੋ ਦੇਸ਼ ਦੇ ਵਿੱਚ 258 ਵਿਧਾਇਕ ਬੀਜੇਪੀ ਨੇ ਕਹਿੰਦੇ ਖਰੀਦ ਲਿਆ। ਇਹ ਪੈਸੇ ਕੌਣ ਗਿਣ ਕੇ ਦੇਖਿਆ? ਅਸੀਂ ਦੇਖਿਆ ਕੇਜਰੀਵਾਲ ਪੈਸੇ ਦੇਖਿਆ ਕਾਇਦੇ ਜਿਹੜਾ ਇਹ ਖਜ਼ਾਨਾ ਮੰਤਰੀ ਨੇ ਕੋਈ ਪੈਸੇ ਗਿਣੇ? ਐਵੇਂ ਝੂਠ ਮਾਰਦਾ ਕਿ ਲੋਕਾਂ ਨੇ ਇਹਨਾਂ ਦੀ ਝੂਠ ਫੜ ਲਈ ਹੈ ਔਰ ਲੋਕਾਂ ਨੂੰ ਜਾਨ ਬਚਾਉਂਦੇ ਹੋਏ ਇਹ ਲੋਕਾਂ ਦਾ ਧਿਆਨ ਭਟਕਾਉਣਾ ਚਾਹੁੰਦੇ ਆ। ਬੀਜੇਪੀ ਨੇ ਬਜਟ ਵੀ ਬਣਾ ਲਿਆ, ਇਹਨਾਂ ਨੂੰ ਸੁਪਨੇ ਦੀ ਬਜਟ ਬਣਦਾ, ਸੁਪਨੇ 'ਚ ਹੀ ਨੋਟ ਗਿਣਦੇ ਆ, ਸੁਪਨੇ 'ਚ ਡਰਦੇ ਨੇ। ਇਹਨਾਂ ਨੂੰ ਓਪੋਜੀਸ਼ਨ ਤੋਂ ਕੋਈ ਖਤਰਾ ਨਹੀਂ ਹੈ। ਇਸ ਵਾਰ ਲੋਕਾਂ ਨੇ 92 ਬੰਦੇ ਦਿੱਤੇ ਇਹਨਾਂ ਨੂੰ ਸਾਹਮਣੇ, ਜੇ 22-23 ਬੰਦੇ ਹੋਣ ਨਾ ਇੱਕ ਪਾਰਟੀ ਦੇ ਤਾਂ ਮੌਸਮ ਲਿਆ ਸਕਦੇ, ਅਸੀਂ ਤਾਂ ਲਿਆ ਹੀ ਨਹੀਂ ਸਕਦੇ। ਔਰ ਭਾਰਤੀ ਜਨਤਾ ਪਾਰਟੀ ਦੇ 2 MLA ਨੇ, ਅਸੀਂ ਤਾਂ ਸਰਕਾਰ ਦੀ ਗੱਲ ਹੀ ਨਹੀਂ ਕਰਦੇ। ਅਸੀਂ ਤਾਂ 27 ਸਰਕਾਰ ਬਣਾਵਾਂਗੇ, ਲੋਕਾਂ ਦੇ ਵੋਟਾਂ ਨਾਲ ਬਣਾਵਾਂਗੇ, ਲੋਕਾਂ ਦੇ ਪਿਆਰ ਨਾਲ ਸਹਿਯੋਗ ਨਾਲ ਬਣਾਵਾਂਗੇ। ਕੋਈ ਨਹੀਂ ਰੋਕਦਾ, ਪ੍ਰੋਸੀਜਰ ਅਡੋਪਟ ਕਰਕੇ ਮਨਜ਼ੂਰੀ ਲੈਣ, ਭਾਵੇਂ ਸੈਸ਼ਨ ਚਲਾਨ ਕੋਈ ਨਹੀਂ ਰੋਕਦਾ। ਤੁਹਾਡੇ ਬੀਜੇਪੀ ਦੇ ਲੀਡਰ ਕਹਿ ਰਹੇ ਨੇ ਕਿ ਸਰਕਾਰ ਨਹੀਂ ਕਾਰਟੂਨ ਨੈਟਵਰਕ ਹੈ, ਤੁਸੀਂ ਵੀ ਮੰਨਦੇ ਹੋ? ਹੈ ਯੋਰ ਕੀ ਹੈ ਜੀ, ਮੈਂ ਨਹੀਂ, ਲੋਕ ਮੰਨਦੇ ਨੇ, ਪੰਜਾਬ ਦੇ ਲੋਕ ਮੰਨਦੇ ਨੇ ਵੀ ਇਹ ਕਲਾਕਾਰ ਨਾਟਕਕਾਰ ਹੈ ਔਰ ਇਹਨਾਂ ਨੇ ਕਿਸੇ ਦਾ ਕੁਝ ਸਵਾਰਿਆ ਨਹੀਂ ਤੇ ਨਾ ਸਵਾਰਨਾ ਹੈ। ਲੋਕਾਂ ਨੂੰ ਸਮਝ ਆ ਗਈ।